ਇੱਕ ਵਾਰ ਫਿਰ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਬਿਲਕੁਲ ਅਣਪਛਾਤਿਆਂ ਨੇ ਕੱਲਾ ਕਹਿਰਾ ਨੌਜਵਾਨ ਦੇ ਉੱਤੇ ਫਾਇਰਿੰਗ ਕੀਤੀ ਹੈ। ਦੱਸ ਦਈਏ ਕਿ 15 ਤੋਂ 20 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ। ਬਿਲਕੁਲ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਹਮਲਾਵਾਰਾਂ ਨੇ ਗੋਲੀਬਾਰੀ ਕੀਤੀ ਸੀ ਉਸਤੇ ਘਰ ਤੇ ਵਿੱਟਾਂ ਦੇ ਨਾਲ ਹਮਲਾ ਕੀਤਾ, ਜਦਕਿ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਫੁਟੇਜ ਹੈ ਜਿਹੜੀ ਰਿਕਾਰਡ ਹੋ ਚੁੱਕੀ ਹੈ। ਤਾਂ ਬਿਲਕੁਲ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ, ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਪਟਿਆਲਾ ਦੇ ਵਿੱਚ ਗੁੰਡਾਗਰਦੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਗੁੰਡਾਗਰਦੀ ਕੀਤੀ। ਜੀ ਹਾਂ, ਉਸਦੇ ਵੱਲੋਂ ਗੰਭੀਰ ਨੇ ਜਿਹੜੇ ਇਲਜ਼ਾਮ ਲਗਾਏ ਗਏ ਨੇ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਸਵਾਲੀਆ ਚਿੰਨ ਲਗਾਏ ਨਜ਼ਰ ਆ ਰਹੇ। ਉਸਨੇ ਸਿਕੰਜਾ ਕਸਣਾ ਚਾਹੀਦਾ ਤੇ ਰਜੇਸ਼ ਕੌਸ਼ਿਕ ਨੇ ਦੱਸਿਆ ਕਿ ਰਾਤ ਦੇ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਪਹਿਲਾਂ ਉਸਨੂੰ ਬੁਲਾਇਆ ਤੇ ਬੁਲਾ ਕੇ ਉਸਤੇ ਗੋਲੀ ਚਲਾ ਦਿੱਤੀ। ਗੋਲੀ ਉਸਦੀ ਗਰਦਨ ਤੇ ਲੱਗ ਜਾਂਦੀ ਹੈ। ਤਾਂ ਪੰਜਾਬ ਦੇ ਵਿੱਚ ਦਿਨੋ ਦਿਨ ਹਿੰਦੂ ਨੇਤਾਵਾਂ ਤੇ ਹਮਲੇ ਹੋ ਰਹੇ ਨੇ। ਇਸਦੀ ਪਟਿਆਲਾ ਦੇ ਵਿੱਚ ਵੀ 3 ਦਿਨਾਂ ਤੋਂ ਗੁੰਡਾਗਰਦੀ ਤੇ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ ਹੈ। ਤਾਂ ਪੰਜਾਬ ਦਾ ਮਾਹੌਲ ਕਿਸ ਤਰੀਕੇ ਦੇ ਨਾਲ ਖਰਾਬ ਹੋ ਰਿਹਾ, ਉਸ ਨੌਜਵਾਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ, ਸਲਾਹ ਦਿੱਤੀ ਗਈ ਹੈ। ਮੈਟਰ ਤਾਂ ਇਹ ਹੈ ਕਿ ਛੋਟੀ ਜਿਹੀ ਉਮਰ ਦੇ ਮੁੰਡੇ ਹੈ, ਅਬਲੋਵਾਲ ਜਿੰਨੀ ਵਾਰ ਅਸੀਂ ਆਏ ਤੇ ਉੱਥੇ ਬਹੁਤ ਜ਼ਿਆਦਾ ਗਦਰ ਹੁੰਦਾ। ਸ਼ੰਕਰ ਭਾਰਤਵਾਜ ਜੀ ਦੇ ਘਰੇ ਜਦੋਂ ਅਟੈਕ ਹੋਇਆ ਸਾਨੂੰ ਪਤਾ ਲੱਗਿਆ, ਸਾਡਾ ਹਿੰਦੂ ਲੀਡਰ ਹੈ, ਸ਼ਿਵ ਸੈਨਾ 'ਚ ਵੀ, ਬਜਰੰਗ ਦਲ 'ਚ ਵੀ ਇਹਨਾਂ ਨੇ ਕੰਮ ਕੀਤਾ, ਸਾਡੇ ਨਾਲ ਬਹੁਤ ਕੰਮ ਕੀਤਾ। ਅਤੇ ਇਹ ਜਿਹੜੀ ਘਟਨਾ ਹੁੰਦੀ ਹੈ, ਇਸਦਾ ਮਤਲਬ ਪੂਰੇ ਪ੍ਰਸ਼ਾਸਨ ਦੀ ਪਕੜ ਨਹੀਂ ਹੈ। ਜਿਹੜੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਬਹੁਤ ਬੁਰਾ ਹਾਲ ਹੈ ਬੱਚਿਆਂ ਦਾ। ਜਿਹੜੇ ਮੁੰਡੇ ਨੇ ਇਹਨਾਂ ਦੇ ਘਰੇ ਹਮਲਾ ਕੀਤਾ, ਅਮਨਿੰਦਰ ਨੇ, ਥੋੜ੍ਹੀ ਦੇਰ ਬਾਅਦ ਉਹ ਗੋਲੀਆਂ ਚਲਾ ਰਹੇ ਆ, 3 ਫਾਇਰ ਕੱਢੇ ਆ, ਇੱਕ ਫਾਇਰ ਗੌਰਵ ਨਾਮ ਦੇ ਮੁੰਡੇ ਦੇ ਪੱਟ 'ਚ ਵੱਜਿਆ, 2 ਉੱਪਰ ਦੀ ਨਿਕਲ ਗਏ ਉਹਦੇ। ਉਹਦੀ ਵੀ ਹੁਣ ਅਸੀਂ ਖਬਰ ਲੈਣ ਆਏ ਸੀ ਰਜਿੰਦਰ 'ਚ, ਮੇਰਾ ਸੰਗਠਨ ਆਇਆ ਸੀ, ਬਜਰੰਗ ਦਲ ਦੇ ਨੁਮਾਇੰਦੇ ਆਏ ਸੀ, ਸਾਡੇ ਕਾਫੀ ਸੰਗਠਨ ਇੱਥੇ ਆ ਕੇ ਗਏ ਹੈ। ਅਤੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਸਿਕੰਜਾ ਕਸਣਾ ਪੈਣਾ, ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਉੱਡ ਜਾਏਗਾ ਪੁਲਿਸ ਤੋਂ। ਅਸੀਂ SSP ਸਾਹਿਬ ਤੋਂ, ਆਪਣੇ ਸੰਗਠਨ ਵੱਲੋਂ ਇਹੀ ਮੰਗ ਕਰਦੇ ਹਾਂ ਕਿ ਸ਼ੰਕਰ ਭਾਰਤਵਾਜ ਜੀ ਦਾ ਪਰਿਵਾਰ ਦਾ ਹੌਸਲਾ ਕਿਵੇਂ ਵਧੇ, ਇਸ 'ਤੇ ਧਿਆਨ ਦਿੱਤਾ ਜਾਵੇ ਅਤੇ ਇਹਨਾਂ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਕੀਤਾ ਜਾਵੇ। ਉਹ ਬਾਬੂ ਸਿੰਘ ਕਲੋਨੀ ਗਲੀ ਨੰਬਰ 4 153 ਸੀ ਹੈ, ਜੋ ਮੇਰੀ ਮਾਤਾ, ਮੇਰੇ ਭੈਣ ਭਰਾ ਅਤੇ ਅਸੀਂ ਉੱਥੇ ਰਹਿੰਦੇ ਹਾਂ। ਅਤੇ ਇੱਕ ਘਰ ਮੇਰਾ ਆਦਰਸ਼ ਕਲੋਨੀ ਵੀ ਹੈ ਜਿੱਥੇ ਮੈਂ ਰਹਿੰਦਾ। ਪਰ ਰਾਤ ਇੱਕ ਹਾਦਸੇ ਵਾਲੀ ਗੱਲ ਸੀ ਵੀ 40 ਤੋਂ 50 ਜਣੇ ਉੱਥੇ ਇਕੱਠੇ ਹੋ ਕੇ ਆਏ, ਆ ਕੇ ਜਿਨ੍ਹਾਂ ਨੇ ਤਲਵਾਰਾਂ ਲਹਿਰਾਈਆਂ ਅਤੇ ਐਨ ਗੇਟ 'ਤੇ ਬਿਲਕੁਲ ਅੰਦਰ ਵੜਨ ਲੱਗੇ, ਵੀ ਬਿਲਕੁਲ ਮਤਲਬ ਕਿਸੇ ਪ੍ਰਕਾਰ ਦਾ ਮਤਲਬ ਨਾ ਕੋਈ ਇੱਕ ਕਹੀਏ ਵੀ ਲੋਕਤੰਤਰ ਦਾ ਬਿਲਕੁਲ ਅਪਮਾਨ ਹੋ ਰਿਹਾ, ਵੀ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਪੁਲਿਸ ਵੱਲੋਂ ਲਾ ਲਈਏ ਵੀ ਖੌਫ ਨਹੀਂ ਹੈ ਕਿਸੇ ਨੂੰ ਕਿਸੇ ਪ੍ਰਕਾਰ ਦਾ। ਉਹਨੇ ਤਲਵਾਰਾਂ ਲਹਿਰਾ ਕੇ ਬਹੁਤ ਹੀ ਜ਼ਿਆਦਾ ਮੇਰੇ ਪਰਿਵਾਰ ਨੂੰ ਟੋਰਚਰ ਕੀਤਾ ਅਤੇ ਇੱਟਾਂ ਰੋੜੇ ਮਤਲਬ ਮਾਰ ਕੇ ਬਿਲਕੁਲ ਬਿਲਕੁਲ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈਗੀ ਹੈ, ਵੀ ਕਾਨੂੰਨ ਤੋਂ ਕਿਸੇ ਨੂੰ ਡਰ ਹੈ। ਕੌਣ ਸੀਗੇ ਜੀ ਬੰਦੇ? ਨਹੀਂ, ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿਉਂਕਿ ਮੈਂ ਬਾਹਰ ਸੀਗਾ। ਅਚਾਨਕ ਜਦੋਂ ਮੈਨੂੰ ਫੋਨ ਕੀਤਾ ਗਿਆ ਅਤੇ ਮੈਂ ਉੱਥੇ ਪਹੁੰਚਿਆ ਅਤੇ ਪਹੁੰਚੇ ਜਦੋਂ ਦੇਖਿਆ ਤਾਂ ਪਰਿਵਾਰ ਬਹੁਤ ਸਹਿਮਤ ਸੀਗਾ, ਸਾਰਾ ਬੱਚੇ ਰੋ ਰਹੇ ਸੀਗੇ ਕਿਉਂਕਿ ਇੱਕਦਮ ਕਿਸੇ ਦੇ ਘਰ ਦੇ ਵਿੱਚ ਕੋਈ ਆ ਕੇ ਵੜ ਜਾਵੇ, ਤੋੜ ਭੰਨ ਕਰੇ, ਮਾਰ ਕਟਾਈ ਕਰੇ, ਲੜਾਈ ਦੰਗਾ ਕਰੇ, ਅਤੇ ਉਹ ਬਹੁਤ ਹੀ ਹਾਦਸੇ ਵਾਲੀ ਗੱਲ ਹੈ। ਕੋਈ ਹਥਿਆਰ ਵੀ ਸੀਗੇ ਜੀ ਉਹਨਾਂ ਕੋਲ? ਹਥਿਆਰ ਉਹਨਾਂ ਕੋਲ ਮੈਂ ਕਹਿ ਦਿੰਦਾ ਤਲਵਾਰਾਂ, ਗੰਡਾਸੇ, ਛੁਰੇ, ਚਾਕੂ, ਅਸਲਾ, ਵੀ ਬਹੁਤ ਕੁਛ ਸੀਗਾ ਉਹਨਾਂ ਕੋਲ ਉੱਥੇ। ਨਹੀਂ, ਮੇਰੇ ਨਾਲ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਹੈਗੀ, ਮੇਰਾ ਇੱਕ ਰਿਹਾਇਸ਼ੀ ਘਰ ਆ ਉਹ, ਅਤੇ ਬਾਕੀ ਉੱਥੇ ਕਲੋਨੀ 'ਚ ਕਿਸੇ ਨਾਲ ਕੋਈ ਝਗੜਾ ਹੋਏ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ।